ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾ ਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਅੱਜ ਦੇ ਸ਼ੋਅ 'ਚ ਫਿਰ ਆਪਾਂ ਪੰਨੂ ਸਾਹਿਬ ਕੋਲੋਂ ਜਾਣਾਂਗੇ ਇਸ ਵਕਤ ਦੀਆਂ ਖਾਸ ਖਬਰਾਂ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਸ਼ੁਕਰੀਆ ਪੰਨੂ ਸਾਹਿਬ ਸਮਝਾਓ ਥੋੜ੍ਹਾ ਜਿਹਾ ਆਮ ਆਦਮੀ ਪਾਰਟੀ ਦੀ ਸਮਝ ਨਹੀਂ ਆਈ ਜੀ ਪੱਤਰਕਾਰ ਤਾਂ ਕਹਿੰਦੇ ਸੀ ਵੀ ਸ਼ਾਇਦ ਹੋ ਜਾਣਾ ਜੀ ਸਮਝੌਤਾ ਪਰ ਗੱਲ ਬਣੀ ਨਹੀਂ ਅਤੇ ਚਲੋ ਦਿੱਲੀ ਨਹੀਂ ਬਣੀ ਪਰ ਹਰਿਆਣੇ ਕਹਿੰਦੇ ਜਨ ਨਾਇਕ ਜਨਤਾ ਪਾਰਟੀ ਨਾਲ ਸਮਝੌਤਾ ਕਰਕੇ ਬਹਿ ਗਿਆ ਜੀ ਪਰ ਉੱਥੇ ਇੱਕ ਚਰਚਾ ਇਹ ਵੀ ਚੱਲ ਪਈ ਹੈ ਵੀ ਜਿਹੜੇ ਪਹਿਲਾਂ ਅਕਾਲੀ ਦਲ ਵੱਲੋਂ ਸਪੋਰਟ 'ਚ ਹੁੰਦੇ ਸੀ ਆਪਣੇ ਐਨੈਲੋ ਵਾਲੇ ਉਹਨਾਂ ਦੀ ਸਪੋਰਟ ਵੀ ਹੁਣ ਹਟ ਗਈ ਹੈ ਅਤੇ ਅਕਾਲੀ ਦਲ ਨੇ ਸਪੋਰਟ ਭਾਜਪਾ ਨੂੰ ਕਰ ਦਿੱਤਾ ਇਹ ਜਿਹੜੇ ਨਵੇਂ ਗੱਠਜੋੜ ਬਣੇ ਆ ਇਹ ਕਿੱਧਰ ਨੂੰ ਜਾਣਗੇ ਦੇਖੋ ਜਿਹੜੇ ਜਨ ਨਾਇਕ ਜਨਤਾ ਪਾਰਟੀ ਵਾਲੇ ਆ ਜੀ ਹਰਿਆਣੇ 'ਚ ਚੌਧਰੀ ਦੇਵੀ ਲਾਲ ਦਾ ਟੱਬਰ ਪਾਟ ਗਿਆ ਪਹਿਲਾਂ ਤਾਂ ਮੁੰਡੇ ਜਿਹੜੇ ਸੀ ਉਹ ਤਿੰਨ ਇੱਕ ਪਾਸੇ ਚਲੇ ਗਏ ਇੱਕ ਤਾਂ ਘਰ ਬਹਿ ਗਿਆ ਦੋ ਰਾਜਨੀਤੀ 'ਚ ਹੋਰ ਪਾਸੇ ਚਲੇ ਗਏ ਜੀ ਅਤੇ ਇੱਕੋ ਹੀ ਇਕੱਲਾ ਸੀ ਜਿਹਨੂੰ ਦੇਵੀ ਲਾਲ ਬਹੁਤਾ ਪ੍ਰਮੋਟ ਕਰਦਾ ਰਿਹਾ ਕਹਿੰਦਾ ਹੁੰਦਾ ਸੀ ਓਮੀ ਮੇਰੀ ਵਿਰਾਸਤ ਸਾਂਭੇਗਾ ਓਮੀ ਯਾਨੀ ਓਮ ਪ੍ਰਕਾਸ਼ ਚੌਟਾਲਾ ਤਿੰਨ ਚਾਰ ਵਾਰ ਮੁੱਖ ਮੰਤਰੀ ਵੀ ਬਣ ਗਿਆ ਜੀ ਤੇਜ਼ 'ਤੇ ਉਹ ਤੇਜ਼ ਬੰਦਾ ਸੀ ਉਹਦੇ ਉੱਤੇ ਕੇਸ ਬਣਿਆ ਭ੍ਰਿਸ਼ਟਾਚਾਰ ਦਾ ਜੇਲ੍ਹ ਚਲਾ ਗਿਆ ਨਾਲ ਵੱਡਾ ਮੁੰਡਾ ਚਲਾ ਗਿਆ ਜੀ ਛੋਟੇ ਮੁੰਡੇ ਨੇ ਅਤੇ ਉਹਦੀ ਘਰਵਾਲੀ ਨੇ ਪਿੱਛੋਂ ਇਹੋ ਜਿਹਾ ਦਾਅਕਾ ਲਾਇਆ ਕਿ ਪਰਿਵਾਰ ਦੇ ਵਿੱਚ ਮਤਭੇਦ ਪੈਦਾ ਹੋ ਗਏ ਅਤੇ ਜਿਹੜਾ ਜੇਲ੍ਹ 'ਚ ਵੱਡਾ ਬੈਠਾ ਸੀ ਉਹਦੇ ਦੋਵੇਂ ਮੁੰਡੇ ਪਰਿਵਾਰ ਸਰਾਇਆ ਤੋਂ ਬਾਗੀ ਹੋ ਗਿਆ ਜੀ ਉਹਨਾਂ ਨੇ ਜਨ ਨਾਇਕ ਜਨਤਾ ਪਾਰਟੀ ਬਣਾ ਦਿੱਤੀ ਹੈ ਹੁਣ ਦਾਦਾ ਓਮ ਪ੍ਰਕਾਸ਼ ਤਾਂ ਦੂਸਰੇ ਪਾਸੇ ਅਤੇ ਪੋਤਿਆਂ ਦੇ ਨਾਲ ਬਾਪ ਹੈ ਅਜੇ ਚੌਟਾਲਾ ਜਿਹੜਾ ਜੇਲ੍ਹ ਵਿੱਚ ਹੈ ਜੀ ਇਹਦੇ ਦੌਰਾਨ ਇੱਕ ਪੜਾਅ ਦੇ ਉੱਤੇ ਵੱਡੇ ਬਾਦਲ ਤੱਕ ਚੌਟਾਲਿਆਂ ਦੇ ਪਰਿਵਾਰ ਨੇ ਪਹੁੰਚ ਕੀਤੀ ਕਿ ਤੁਸੀਂ ਆਓ ਜੀ ਸਾਡੀ ਗੱਲ ਕਰੋ ਉਹਨੇ ਆਖਿਆ ਮੈਂ ਆਉਣਾ ਜੀ ਇਹ ਦੋ ਦਿਨ ਗਿਆ ਨੇ ਤੀਜੇ ਦਿਨ ਫਿਰ ਉਹਨਾਂ ਨੇ ਆਖਿਆ ਅਤੇ ਕਹਿੰਦਾ ਮੈਂ ਹੁਣ ਕੀ ਦੱਸਾਂ ਮੈਂ ਉੱਥੇ ਜਾਊਂਗਾ ਲੋਕ ਗੱਲਾਂ ਕਰਨਗੇ ਆਪਣਾ ਟੱਬਰ 'ਤੇ ਇਕੱਠਾ ਨਹੀਂ ਰੱਖਿਆ ਗਿਆ ਭਰਾ ਭਤੀਜਾ ਪਾਸੇ ਤੁਰੇ ਫਿਰਦੇ ਆ ਅਤੇ ਲੋਕਾਂ ਦੇ ਸਮਝੌਤੇ ਕਰਾਉਂਦਾ ਜੀ ਉਦੋਂ ਲੱਗਾ ਕਿ ਬਾਪੂ ਹੈ ਜੱਕੋ ਤੱਕੇ 'ਚ ਕਿਹੜਾ ਦੋਵਾਂ ਆਪੂ 'ਚ ਲੜ ਲੈਣ ਦਿਓ ਦੋਵਾਂ 'ਚ ਜਿਹੜਾ ਧੜਾ ਭਰ ਆਊ ਮੁੜ ਕੇ ਉਹਨੂੰ ਆਪਾਂ ਸਾਂਝ ਪਾ ਲਾਂਗੇ ਅਤੇ ਉਹਨਾਂ ਨੂੰ ਵੀ ਸਮਝ ਲੱਗ ਗਈ ਜੀ ਉਹ ਮੁੰਡੇ ਜਿਹੜੇ ਸੀਗੇ ਵੱਡੇ ਪੁੱਤ ਅਜੇ ਚੌਟਾਲਾ ਦੇ ਬੱਚੇ ਦੁਸ਼ਾਂਤ ਧੁਰੀ ਉਹਨਾਂ ਨੇ ਜਨ ਨਾਇਕ ਜਨਤਾ ਪਾਰਟੀ ਬਣਾਈ ਕਾਂਗਰਸ ਨਾਲ ਵੀ ਗੱਲ ਚਲਾ ਲਈ ਅਰਵਿੰਦ ਕੇਜਰੀਵਾਲ ਵੀ ਚਲਾ ਲਈ ਕਿ ਅਸੀਂ ਤੇਰੀ ਪਾਰਟੀ ਨਾਲ ਸਮਝੌਤਾ ਕਰਨ ਨੂੰ ਤਿਆਰ ਹਾਂ ਜੀ ਕਾਂਗਰਸ ਨਾਲ ਤਾਂ ਗੱਲ ਬਣ ਨਹੀਂ ਸਕੀ ਪਰ ਜਿਹੜੀ ਕੇਜਰੀਵਾਲ ਦੀ ਪਾਰਟੀ ਆ ਉਹਦੇ ਨਾਲ ਉਹਨਾਂ ਨੇ ਸਮਝੌਤਾ ਸਿਰੇ ਚਾੜਨ ਦਾ ਰਸਤੇ ਕਦਮ ਵਧਾ ਦਿੱਤੇ ਵੀ ਆਪਾਂ ਠੀਕ ਆ ਜੋ ਰਲ ਕੇ ਲੜੀਏ ਜੀ ਇੱਧਰ ਹੁਣ ਬਾਦਲਾਂ ਦੀ ਸਮੱਸਿਆ ਹੋਰ ਆ ਇੱਕ ਤਾਂ ਇਹ ਕਿ ਇਹ ਕਿਸੇ ਵੀ ਉਸ ਪਾਰਟੀ ਨਾਲ ਨਹੀਂ ਜੁੜਨਾ ਚਾਹੁੰਦੇ ਜਿਹੜੀ ਪਾਰਟੀ ਨਾਲ ਗੁਆਂਢ ਦੇ ਰਾਜਾਂ 'ਚ ਜੇ ਜੁੜੇ ਹੋਣ ਅਤੇ ਪੰਜਾਬ 'ਚ ਟੱਕਰ ਹੋਵੇ ਤਾਂ ਲੋਕ ਗੱਲਾਂ ਕਰਨ ਜੀ ਜਿਹੜੇ ਸਮਝੌਤੇ 'ਚ ਕਾਂਗਰਸ ਹੋਵੇ ਇਹ 'ਚ ਸ਼ਾਮਿਲ ਨਹੀਂ ਹੋ ਸਕਦੇ ਜਿਹੜੇ ਸਮਝੌਤੇ ਦੇ ਵਿੱਚ ਕੇਜਰੀਵਾਲ ਦੀ ਪਾਰਟੀ ਹੋਵੇ ਇਹ 'ਚ ਸ਼ਾਮਿਲ ਨਹੀਂ ਹੋ ਸਕਦੇ ਜੀ ਅਤੇ ਹੁਣ ਉੱਥੇ ਉਹ ਦੋਵੇਂ ਵਿੱਚ ਵੀ ਤੁਰੀਆਂ ਫਿਰਦੀਆਂ ਚਲੋ ਆਮ ਆਦਮੀ ਪਾਰਟੀ ਦਾ ਤਾਂ ਹੋ ਹੀ ਗਿਆ ਕਿਸਮ ਦਾ ਬਾਦਲਾਂ ਨੇ ਉਹ ਤੋਂ ਪਾਸਾ ਵੱਟ ਲਿਆ ਦੂਜੀ ਗੱਲ ਇਹ ਵੀ ਹੈ ਇਹਨਾਂ ਦੇ ਮਨ 'ਚ ਆ ਕਿ ਜੇ ਉਹ ਕੁਛ ਮਜ਼ਬੂਤ ਹੋ ਜਾਣਗੇ ਅਤੇ ਮੁੰਡੇ ਤਾਂ ਆਪਣੇ ਆ ਕੱਲ੍ਹ ਨੂੰ ਜਾ ਕੇ ਮੈਂ ਆਖਾਂਗਾ ਕੋਈ ਨਹੀਂ ਪੁੱਤ ਗੁੱਸਾ ਗਿੱਲਾ ਛੱਡੀਦਾ ਹੁੰਦਾ ਆ ਜਾਓ ਮੇਰਾ ਲਾਲ ਆਓ ਆਪਾਂ ਬੈਠਦੇ ਹਾਂ ਫਿਰ ਬਣਾ ਲਾਂਗੇ ਉਹ ਕਿਹੜੇ ਕੇਜਰੀਵਾਲ ਦੇ ਪੱਕੇ ਆ ਅਤੇ ਹੈਗੇ ਵੀ ਉਹ ਵੀ ਇੱਦਾਂ ਦੇ ਹੀ ਆ ਉਹ ਕਿਸੇ ਨਾਲ ਵੀ ਕੋਈ ਸਮਝੌਤਾ ਕਰ ਸਕਦੇ ਆ ਜੀ ਉਹ ਸਕੇ ਚਾਚੇ ਤਾਏ ਦੇ ਪਿਓ ਦੇ ਨਹੀਂ ਬਣਦੇ ਅਤੇ ਇਹਦੇ ਕਿੱਥੋਂ ਬਣਨਗੇ ਅਤੇ ਉਹਦੇ ਕਿੱਥੋਂ ਬਣਨਗੇ ਉੱਦਾਂ ਦਾ ਟੱਬਰ ਜੀ ਹੁਣ ਇੱਥੇ ਇੱਕ ਗੱਲ ਜਿਹੜੀ ਹੈਰਾਨੀ ਵਾਲੀ ਬਾਦਲਾਂ ਦੀ ਆ ਉਹ ਇਹ ਕਿ 2014 'ਚ ਇਹਨਾਂ ਨੇ ਚੋਣਾਂ ਬੀਜੇਪੀ ਨਾਲ ਰਲ ਕੇ ਲੜੀਆਂ ਪਰ 4 ਮਹੀਨੇ ਬਾਅਦ ਜਦੋਂ ਹਰਿਆਣੇ ਦੀਆਂ ਚੋਣਾਂ ਆ ਗਈਆਂ ਵਿਧਾਨ ਸਭਾ ਦੀਆਂ ਜੀ ਬੀਜੇਪੀ ਨੇ ਬੜਾ ਜ਼ੋਰ ਲਾਇਆ ਕਿ ਬਾਦਲ ਸਾਹਿਬ ਤੁਸੀਂ ਪਿਓ ਪੁੱਤ ਅੱਕ ਨਾ ਬੀਜੋ ਇੱਥੇ ਹਰਿਆਣੇ 'ਚ ਭਾਜਪਾ ਦੇ ਨਾਲ ਖੜੋ ਕਹਿੰਦੇ ਨਹੀਂ ਜੀ ਸਾਨੂੰ ਚੌਟਾਲਿਆਂ ਨਾਲ ਖਲੋਣਾ ਪੈਣਾ ਪਰਿਵਾਰਕ ਸਾਂਝ ਇਹਨਾਂ ਨੇ ਸਾਰਾ ਜ਼ੋਰ ਲਾ ਦਿੱਤਾ ਬੀਜੇਪੀ ਨੇ ਨਵਜੋਤ ਸਿੱਧੂ ਕੱਢ ਲਿਆਂਦਾ ਜੀ ਉਹਨੇ ਇਹਨਾਂ ਦੇ ਪੋਤੜੇ ਫੋੜਤੇ ਪਰ ਬੀਜੇਪੀ ਵੀ ਉਹੋ ਜਿਹੇ ਨਵਜੋਤ ਸਿੱਧੂ ਨੂੰ ਵਰਤਿਆ ਵਿਧਾਨ ਸਭਾ ਚੋਣਾਂ ਜਿੱਤਦੇ ਸਾਰ ਹੀ ਤੂੰ ਕੌਣ ਅਤੇ ਮੈਂ ਕੌਣ ਨੂੰ ਪੁੱਛਿਆ ਨਹੀਂ ਉਹ ਫਿਰ ਚਲਾ ਗਿਆ ਮੁੜ ਕੇ ਕਾਂਗਰਸ ਵਾਲੇ ਪਾਸੇ ਚਲਾ ਗਿਆ ਜੀ ਇਹਨਾਂ ਨੇ ਸਾਰਾ ਜ਼ੋਰ ਲਾਇਆ ਚੌਟਾਲਾ ਜੇਲ੍ਹ ਸੀ ਵੱਡਾ ਮੁੰਡਾ ਜੇਲ੍ਹ ਸੀ ਉਹਨਾਂ ਦੀ ਸਾਰੀ ਚੋਣ ਮੁਹਿੰਮ 2 ਮਹੀਨੇ ਪੰਜਾਬ ਸਰਕਾਰ ਦੀਆਂ ਗੱਡੀਆਂ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਸਾਰੇ ਅਫਸਰਾਂ ਨੂੰ ਲਾ ਕੇ ਉੱਥੇ ਹਰਿਆਣੇ ਦੀ ਚੋਣ ਇਹ ਲੜਦੇ ਰਹੇ ਪਰ ਹੁਣ ਜਦੋਂ ਟੱਬਰ ਪਾਟ ਗਿਆ ਇਹਨਾਂ ਵਾਸਤੇ ਨਮੋਸ਼ੀ ਦੀ ਗੱਲ ਇਹ ਹੈ ਕਿ ਅਹੁਦੇ ਵੱਲ ਜਾਈਏ ਕਿ ਅਹੁਦੇ ਵੱਲ ਜਾਈਏ ਜੇ ਅਸੀਂ ਛੋਟੇ ਜਾਂਦੇ ਹਾਂ ਅਭੇ ਚੌਟਾਲਾ ਵੱਲ ਅਤੇ ਕੱਲ੍ਹ ਨੂੰ ਵੱਡੇ ਦੀ ਟੀਮ ਭਾਰੀ ਹੋ ਗਈ ਤਾਂ ਸਾਨੂੰ ਗੱਲਾਂ ਕਰਨਗੇ ਜੀ ਅਤੇ ਜੇ ਅਸੀਂ ਵੱਡੇ ਵੱਲ ਜਾਂਦੇ ਹਾਂ ਅਤੇ ਚੌਟਾਲਾ ਆਖੂਗਾ ਸਾਰੀ ਉਮਰ ਦੀ ਸਾਂਝ ਤਾਂ ਮੇਰੇ ਨਾਲ ਸੀ ਅਤੇ ਮੇਰਾ ਬਾਗੀ ਹੋਇਆ ਪੋਤੇ ਜਿਹੜੇ ਪੋਤੇ ਆ ਉਹਨਾਂ ਦੇ ਨਾਲ ਤੁਸੀਂ ਚਲੇ ਗਏ ਆ ਸਾਡਾ ਤੁਸੀਂ ਟੱਬਰ ਪਾੜਦੇ ਪਏ ਜੀ ਇਹ ਫਸ ਗਏ ਦੂਸਰੇ ਪਾਸੇ ਬੀਜੇਪੀ ਨੇ
ਇਹ ਬਾਂਹ ਨੂੰ ਮਰੋੜਾ ਚਾੜਤਾ ਕਿ 2014 ਵਿੱਚ ਤਾਂ ਤੁਸੀਂ ਜੋ ਕੀਤਾ ਅਸੀਂ ਕਰ ਲਿਆ ਸੀ ਬਰਦਾਸ਼ਤ, ਵੀ ਤੁਸੀਂ ਚਟਾਲਿਆਂ ਨਾਲ ਸਾਂਝ ਪਾ ਲਈ ਜੀ, ਭੁਗਤਾ ਲਈ, ਅਸੀਂ ਬਹੁਤਾ ਨਹੀਂ ਆਖਿਆ। ਅਤੇ ਜੇ ਹੁਣ ਵੀ ਤੁਸੀਂ ਉਹ ਕੁਝ ਕੀਤਾ ਤਾਂ ਫਿਰ ਵੇਖ ਲਓ ਇਹਦੇ ਸਿੱਟੇ ਚੰਗੇ ਨਿਕਲਣੇ। ਇਹ ਉਹਦੇ ਤੋਂ ਵੀ ਡਰਦੇ ਆ ਜੀ। ਇੱਕ ਗੱਲ ਇਹਦੇ 'ਚ ਹੋਰ ਹੈ, ਉਹ ਇਹ ਕਿ ਪੰਜਾਬ ਵਿੱਚ ਅਕਾਲੀ ਦਲ ਬਿਨਾਂ ਸ਼ੱਕ ਵਿਰੋਧ ਕਰਦਾ ਹੋਵੇ ਸੱਚੇ ਸੌਦੇ ਵਾਲਿਆਂ ਦਾ। ਹਰਿਆਣੇ 'ਚ ਸੱਚੇ ਸੌਦੇ ਵਾਲਾ ਬਾਬਾ ਜਿਹੜੀ ਜੇਲ੍ਹ ਵਿੱਚ ਆ, ਉੱਥੇ ਭਾਜਪਾ ਦੀ ਸਰਕਾਰ ਹੈ, ਅਤੇ ਭਾਜਪਾ ਦੀ ਸਰਕਾਰ ਅੰਦਰ ਬੈਠ ਕੇ ਉਹਦੇ ਕੰਨ 'ਚ ਕੋਈ ਫੂਕ ਮਾਰੇ ਕਿ ਬਾਬਾ ਜਾਂ ਤਾਂ ਇਹਦੇ ਮੁਤਾਬਕ ਕੰਮ ਕਰ ਜੀ, ਨਹੀਂ ਤਾਂ ਅੱਜ ਰਾਤ ਵੀ ਨਿਕਲਣੀ ਔਖੇ ਹੋ ਜਾਣੀ ਤੇਰੀ ਜੇਲ੍ਹ 'ਚ, ਅਤੇ ਬਾਬੇ ਦੀਆਂ ਚੀਕਾਂ ਨਿਕਲ ਜਾਣੀਆਂ ਨੇ ਜੀ। ਬਾਬੇ ਨੇ ਉਸ ਵੇਲੇ ਆਪਣੇ ਚੇਲਿਆਂ ਨੂੰ ਵੀ, ਪਰਿਵਾਰ ਨੂੰ ਵੀ ਕਹਿਣਾ ਕਿ ਆਪਾਂ ਫਲਾਣੇ ਦੀ ਮਦਦ ਕਰਨੀ ਹੈ। ਇਹਨਾਂ ਨੂੰ ਅੱਗੋਂ ਪਾਰਲੀਮੈਂਟ ਚੋਣਾਂ 'ਚ ਲੋੜ ਹੈ, ਬਠਿੰਡੇ ਦੀ ਸੀਟ ਨਹੀਂ ਨਿਕਲ ਸਕਦੀ ਜੇ ਸੱਚੇ ਸੌਦੇ ਵਾਲਾ ਬਾਬਾ ਮਦਦ ਨਾ ਕਰੇ ਜੀ। ਅਤੇ ਉਹਦੀ ਮਦਦ ਲੈਣ ਦੀ ਖਾਤਰ ਇਹਨਾਂ ਨੂੰ ਹਰਿਆਣੇ ਦੇ ਵਿੱਚ ਇਹ ਮਰਦਿਆਂ ਅੱਕ ਚੱਬਣਾ ਹੀ ਪੈਣਾ। ਉਸ ਅੱਕ ਚੱਬਣ ਵਾਸਤੇ ਇਹ ਬੀਜੇਪੀ ਦੇ ਲਾਗੇ ਗਏ ਆ, ਅਤੇ ਹੋ ਸਕਦਾ ਚਟਾਲੇ ਨੂੰ ਵੀ ਪਹਿਲਾਂ ਮਿਲ ਕੇ ਇੱਕ ਦਿਨ ਜਾ ਕੇ ਕੰਨ 'ਚ ਫੂਕ ਮਾਰ ਆਏ ਹੋਣ ਕਿ ਸਾਡੀ ਮਜਬੂਰੀ ਆ, ਗੁੱਸਾ ਜਿਹਾ ਨਾ ਕਰੀ, ਅਸੀਂ ਚਾਰ ਦਿਨ ਮਜਬੂਰੀ ਦੇ ਬਾਰੇ ਚੱਲੇ ਉਸ ਪਾਸੇ ਜੀ। ਅੱਛਾ ਭਾਈ ਸਾਹਿਬ, ਇੱਕ ਇਲੈਕਸ਼ਨ ਬੌਂਡ ਨਾਂ ਦੀ ਚੀਜ਼ ਆ, ਚਰਚਾ 'ਚ ਆਈ ਆ, ਅਤੇ ਹੁਣ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਵੀ ਇਹ ਜਿਹੜਾ ਵੀ ਹਿਸਾਬ ਕਿਤਾਬ ਆਇਆ ਜੀ, ਇਹ ਸਾਰੇ ਕੁਛ ਨੂੰ ਨਸ਼ਰ ਕਰੋ ਲੋਕਾਂ ਦੇ ਸਾਹਮਣੇ, ਪੋਲੀਟੀਕਲ ਪਾਰਟੀ ਨੂੰ ਜਿਹੜਾ ਚੋਣ ਫੰਡ ਆਉਂਦਾ ਜੀ, ਇਹ ਚੋਣ ਫੰਡ ਨੂੰ ਨਸ਼ਰ ਕਰਨ ਦੀ ਗੱਲ ਅਤੇ ਇਲੈਕਸ਼ਨ ਬੌਂਡ, ਇਹ ਸਮਝਾਓ ਕੀ ਕਹਾਣੀ? ਦੇਖੋ, ਸਾਡੇ ਦੇਸ਼ ਦਾ ਬਹੁਤ ਵੱਡਾ ਇੰਡਸਟਰੀਅਲਿਸਟ ਹੈ ਰਾਹੁਲ ਬਜਾਜ ਜੀ। ਅੱਜ ਤੋਂ 20-25 ਸਾਲ ਪਹਿਲਾਂ, ਸ਼ਾਇਦ 30 ਸਾਲ ਪਹਿਲਾਂ, ਉਹਨੇ ਸਭ ਤੋਂ ਪਹਿਲਾਂ ਗੱਲ ਚਲਾਈ ਸੀ ਕਿ ਸਾਡੇ ਤੋਂ ਸਿਆਸੀ ਪਾਰਟੀਆਂ ਚੰਦਾ ਵੀ ਮੰਗਦੀਆਂ, ਗਿਣਤੀ 'ਚ ਵੀ ਪਾਉਣਾ ਚਾਹੁੰਦੀਆਂ। ਇਹਨਾਂ ਨੂੰ ਕਿਹਾ, ਅਸੀਂ ਇੱਦਾਂ ਕਿਉਂ ਦੇ ਚੱਲੀ ਜੀ? ਸਾਡੇ ਕੋਲ ਬਲੈਕ ਮਨੀ ਪਈ ਹੈ ਜਿਹੜੀ ਇਹਨਾਂ ਨੂੰ ਦੇ ਚੱਲੀ? ਅਸੀਂ ਜਦੋਂ ਦੇਣੇ, ਸਾਨੂੰ ਵੀ ਕਿਤੇ ਕਿਤੇ ਕਾਉਂਟ ਫਰ ਕਰਨੇ ਪੈਂਦੇ। ਅਸੀਂ ਬਕਾਇਦਾ ਕਾਨੂੰਨੀ ਟਰੱਸਟ ਬਣਾ ਲੈਂਦੇ, ਉਹਨਾਂ ਟਰੱਸਟਾਂ ਦੇ ਰਾਹੀਂ ਇਹਨਾਂ ਨੂੰ ਚੰਦਾ ਦੇਵਾਂਗੇ, ਇਹ ਸਾਨੂੰ ਉਹਦੇ ਕੋਈ ਨਾ ਕੋਈ ਸਬੂਤ ਦੇਣ ਜੀ। ਰਿਕਾਰਡ 'ਤੇ ਹੋਣਾ ਚਾਹੀਦਾ ਕਿ ਅਸੀਂ ਫਲਾਣੇ ਦੀ ਮਦਦ ਕੀਤੀ ਅਤੇ ਇੰਨੀ ਕੀਤੀ। ਉਦੋਂ ਗੱਲ ਆਈ ਕਿ ਹੋ ਗਈ ਸੀ, ਉਦੋਂ ਬਾਅਦ ਇਹ ਚਰਚਾ ਚੱਲ ਪਈ ਕਿ ਕਿਸੇ ਪਾਰਟੀ ਨੂੰ ਕਿੰਨੇ ਵੀ ਪੈਸੇ ਮਿਲਣ, ਉਹਨਾਂ ਪੈਸਿਆਂ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ, ਅਤੇ ਉਹ ਬਾਅਦ 'ਚ ਕਾਉਂਟ ਫਾਰ ਹੋਣਾ ਚਾਹੀਦਾ, ਪਾਰਟੀਆਂ ਨੂੰ ਉਹਦਾ ਜਵਾਬ ਦੇਣਾ ਚਾਹੀਦਾ, ਚੋਣ ਕਮਿਸ਼ਨ ਨੂੰ ਦੇਣਾ ਚਾਹੀਦਾ ਜੀ। ਇਹ ਸਾਰੇ ਜਿਹੜੇ ਜਵਾਬ ਦੇਣ ਦਾ ਚੱਕਰ ਸੀ, ਉਹਦੇ ਵਿੱਚ ਬਹੁਤ ਕੁਛ ਅਸੀਂ ਵੇਖਦੇ ਰਹੇ। ਸਿਆਸੀ ਪਾਰਟੀਆਂ 19-21 ਕਰਕੇ ਚੋਣ ਕਮਿਸ਼ਨ ਦੇ ਅਤੇ ਸਰਕਾਰ ਦੇ ਅੱਖੀਂ ਘੱਟਾ ਪਾਉਂਦੀਆਂ ਰਹੀਆਂ ਜੀ। ਬੀਬੀ ਮਾਇਆਵਤੀ ਦਾ 3 ਕਰੋੜ ਦਾ ਹਾਰ, ਅਗਲੇ ਦਿਨ 4 ਕਰੋੜ ਦਾ ਹਾਰ, 7 ਕਰੋੜ ਤਾਂ ਉਹ ਹੀ ਬਣ ਗਏ ਸੀ, ਬਾਕੀ ਪੈਸਾ ਬਹੁਤ ਸੀ। ਅਤੇ ਆਇਆ ਕਿੱਥੋਂ? ਕਹਿੰਦੀ ਮੇਰੇ ਸੇਵਕਾਂ ਨੇ ਇਕੱਠਾ ਕੀਤਾ, ਮੇਰੇ ਸ਼ਰਧਾਲੂਆਂ ਨੇ, ਮੇਰੇ ਸਮਰਥਕਾਂ ਨੇ ਜੀ। ਅਤੇ ਇੱਕ ਬੰਦਾ ਜਿਹੜਾ ਕਾਨਪੁਰ ਦੇ ਅੱਡੇ 'ਚ ਲੋਕਾਂ ਦੀਆਂ ਜੁੱਤੀਆਂ ਪਾਲਿਸ਼ ਕਰਦਾ ਸੀ, ਉਹਦੇ ਕੋਲੋਂ ਕਾਪੀ ਅਤੇ ਪਰਚੀਆਂ ਕਟਵਾਤੀਆਂ, 10-10 ਹਜ਼ਾਰ ਦੀਆਂ, ਕਿ ਜਿਹੜਾ ਆਉਂਦਾ ਸੀ ਇਹ ਕਹਿੰਦਾ ਸੀ ਮੈਨੂੰ ਕੱਖ ਨਹੀਂ ਚਾਹੀਦਾ, ਪਾਰਟੀ ਵਾਸਤੇ 10 ਦੇ ਦਿਓ ਜੀ। ਅਤੇ ਇਸ ਬੰਦੇ ਦੇ ਰਾਹੀਂ 1 ਕਰੋੜ ਤੇ ਇਸ ਨੇ ਇਕੱਲੇ ਨੇ ਇਕੱਠਾ ਕਰਕੇ ਦਿੱਤਾ। ਉਹ ਫਾਰਮੂਲਾ ਇਹਨਾਂ ਸਿਆਸੀ ਪਾਰਟੀਆਂ ਨੇ ਵੀ ਅਪਣਾ ਲਿਆ ਕਿ 20 ਹਜ਼ਾਰ ਤੱਕ ਔਨਲਾਈਨ ਦੀ ਕੋਈ ਲੋੜ ਨਹੀਂ, ਤੁਸੀਂ ਮਤਲਬ ਬਕਾਇਦਾ ਨਕਦ ਵੀ ਜਮ੍ਹਾਂ ਕਰਾ ਸਕਦੇ ਹਾਂ, ਅਤੇ ਕੋਈ ਐਡਰੈਸ ਲਿਖਾਉਣ ਦੀ ਵੀ ਲੋੜ ਨਹੀਂ। ਅਤੇ ਇਹਨਾਂ ਨੇ ਬੰਦੇ ਰੱਖ ਲਏ, ਜੇ ਤੂੰ 1 ਕਰੋੜ ਰੁਪਈਆ ਵੀ ਲਿਆਂਦਾ, ਜੇ 1 ਲੱਖ ਹੋਵੇ ਤਾਂ ਉਹਦੀਆਂ 5 ਪਰਚੀਆਂ ਕੱਟਣੀਆਂ ਪੈਂਦੀਆਂ ਜੀ। 1 ਕਰੋੜ ਹੋਵੇ ਤਾਂ 500 ਕੱਟ ਦਿਓ ਜੀ। ਉਹ ਫਿਰ ਸਾਧ ਇੱਦਾਂ ਪਰਚੀਆਂ ਕੱਟ ਜਾਂਦੇ, ਸੁਲੱਖਣ ਸਿੰਘ, ਮਲਾਗਰ ਸਿੰਘ, ਤੇਜ ਰਾਮ, ਸੁਰਿੰਦਰ ਕੁਮਾਰ ਜੀ, ਵਿੱਚ ਕੋਈ ਗਿਆਸੋਦੀਨ ਦੀ ਵੀ ਬਣ ਜਾਂਦੀ ਹੈ। ਇਹ ਸਭ ਪਰਚੀਆਂ ਇੱਦਾਂ ਕੱਟੀ ਜਾਂਦੇ ਸੀ। ਹੁਣ ਉਹਦੇ 'ਚ ਸਰਕਾਰ ਨੇ ਜਦੋਂ ਇਹ ਫੈਸਲਾ ਇੱਕ ਵਾਰੀ ਚੋਣ ਕਮਿਸ਼ਨ ਤੱਕ ਵੀ ਹੋ ਗਿਆ, ਅਦਾਲਤ ਤੱਕ ਵੀ ਹੋ ਗਿਆ ਕਿ ਇਹਦੇ ਬਾਰੇ ਇਲੈਕਸ਼ਨ ਬਾਂਡ ਹੋਣ, ਲੋਕ ਬਾਂਡ ਖਰੀਦਣ, ਪਤਾ ਲੱਗ ਜਾਵੇ ਕਿ ਇੰਨੇ ਪੈਸਿਆਂ ਦੇ ਬਾਂਡ ਫਲਾਨੀ ਪਾਰਟੀ ਤੋਂ ਖਰੀਦੇ ਜੀ, ਅਤੇ ਉਸ ਪਾਰਟੀ ਨੂੰ ਇੰਨੇ ਪੈਸੇ ਚੰਦਾ ਦਿੱਤਾ ਗਿਆ। ਹੁਣ ਪਾਰਟੀਆਂ ਨੇ ਬਾਂਡ ਵਾਲਾ ਫਾਰਮੂਲਾ ਤਾਂ ਮੰਨ ਲਿਆ, ਪਰ ਅੱਗੋਂ ਲੇਖਾ ਦੇਣ ਨੂੰ ਤਿਆਰ ਨਹੀਂ। ਗੱਲ ਚਲੀ ਗਈ ਸੁਪਰੀਮ ਕੋਰਟ 'ਚ, ਸੁਪਰੀਮ ਕੋਰਟ ਨੇ ਆਖਿਆ ਪੈਸੇ ਦਾ ਹਿਸਾਬ ਤਾਂ ਤੁਹਾਨੂੰ ਦੇਣਾ ਪੈਣਾ ਜੀ। ਦੇਸ਼ ਦੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਕਿਹੜੀ ਪਾਰਟੀ ਨੂੰ ਕਿਹੜਾ ਵੱਡਾ ਘਰਾਣਾ, ਕਿਹੜਾ ਕਾਰਪੋਰੇਟ ਘਰਾਣਾ ਕਿੰਨੇ ਪੈਸੇ ਦਿੰਦਾ, ਕਿਹੜੀ ਨੂੰ ਵੱਧ ਦਿੰਦਾ, ਕਿਹੜੀ ਨੂੰ ਘੱਟ ਦਿੰਦਾ ਜੀ, ਤਾਂ ਕਿ ਲੋਕ ਵੀ ਅੰਦਾਜ਼ਾ ਲਾ ਸਕਣ। ਹੁਣ ਸਿਆਸੀ ਪਾਰਟੀਆਂ ਇਸ ਗੱਲ ਤੋਂ ਡਰਦੀਆਂ ਕਿ ਕੁਝ ਕਾਰਪੋਰੇਸ਼ਨਾਂ ਬੜੀਆਂ ਬਦਨਾਮ ਨੇ, ਅਤੇ ਫੰਡ ਤਾਂ ਉਹਨਾਂ ਤੋਂ ਵੀ ਲੈਣੇ ਜੀ, ਜੇ ਲੈ ਤਾਂ ਪਤਾ ਲੱਗ ਜੂ। ਇੱਕ ਵਾਰੀ ਇਸ ਤਰ੍ਹਾਂ ਦੀ ਇੱਕ ਬਹੁਤ ਵੱਡੀ ਕਾਰਪੋਰੇਸ਼ਨ, ਬਹੁਤ ਵੱਡਾ ਕਾਰਪੋਰੇਟ ਘਰਾਣਾ, ਜਿਹਦੇ ਨਾਲ ਕਮਿਊਨਿਸਟਾਂ ਦਾ ਆਡਾ ਲੱਗਾ ਸੀ ਜੀ, ਅਤੇ ਉਹਨੇ ਕਮਿਊਨਿਸਟ ਪਾਰਟੀਆਂ ਦੇ ਵਿੱਚੋਂ ਇੱਕ ਵੱਡੀ ਪਾਰਟੀ ਸੀ ਜਿਹਨੂੰ ਕੁਝ ਪੈਸੇ ਦੇ ਦਿੱਤੇ, ਰੌਲਾ ਪੈ ਗਿਆ ਕਿ ਉਹਨੇ ਦੇ ਦਿੱਤੇ ਜੀ, ਉਹ ਆਖਣ ਸਾਨੂੰ ਮਿਲੇ, ਚੁੱਪ ਜਿਹੀ ਵੱਟੀ ਜਾਣ, ਬਾਅਦ 'ਚ ਪਤਾ ਲੱਗਾ ਕਿ ਚੁੱਪ 'ਚ ਪੀਤੇ ਆਇਆ ਸੀ, ਰੌਲਾ ਪੈ ਗਿਆ। ਪੰਜਾਬ ਦੇ ਵਿੱਚ ਅਕਾਲੀਆਂ ਦਾ ਤੰਬਾਕੂ ਨਾਲ ਵਿਰੋਧ ਸਿੱਖ ਧਰਮ ਦਾ ਕਰਕੇ ਜੀ, ਅਤੇ ਸ਼ੁਰੂ ਤੋਂ
ਗੁਰੂ ਸਾਹਿਬ ਦੇ ਵੇਲੇ ਤੋਂ ਕਹਿੰਦੇ ਚੱਲਦਾ ਆ ਰਿਹਾ। ਅਤੇ ਜਿਹੜੀ ਤੰਬਾਕੂ ਵਾਲੀ ਸਭ ਤੋਂ ਵੱਡੀ ਕੰਪਨੀ ਆ, ਜਦੋਂ ਇਹ ਰੌਲਾ ਪਿਆ ਕਿ ਅਕਾਲੀ ਦਲ ਨੂੰ ਉਹਨੇ ਫੰਡ ਦਿੱਤੇ, ਇਹ ਕਹਿੰਦੇ ਜੀ ਉਹ ਤਾਂ ਚੋਣ ਚੰਦਾ ਜੀ। ਅਤੇ ਲੋਕਾਂ ਨੇ ਆਖਿਆ ਚੋਣ ਚੰਦਾ ਤੁਸੀਂ ਉਸ ਕੰਪਨੀ ਤੋਂ ਲੈਣੇ ਤੰਬਾਕੂ ਦਾ ਕਾਰੋਬਾਰ ਕਰਦੇ ਜੀ। ਹੁਣ ਆਹ ਗੱਲ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਲੈਕਸ਼ਨ ਬਾਂਡ ਦੇ ਕੇ ਉਸ ਬਾਂਡ ਦੇ ਨਾਂ 'ਤੇ ਲੋਕਾਂ ਤੋਂ ਤੁਸੀਂ ਚੰਦਾ ਇਕੱਠਾ ਕਰਨਾ ਕਰ ਲਓ, ਪਰ ਹਿਸਾਬ ਤੁਹਾਨੂੰ ਦੇਣਾ ਪਵੇਗਾ ਪੂਰੇ ਦਾ ਪੂਰਾ ਕਿ ਫਲਾਨੀ ਵੱਡੀ ਕੰਪਨੀ ਨੇ, ਫਲਾਨੀ ਵੱਡੀ ਕਾਰਪੋਰੇਸ਼ਨ ਨੇ, ਫਲਾਣੇ ਅਦਾਰੇ ਨੂੰ ਇੰਨੇ ਕਰੋੜ ਦਿੱਤੇ ਆ ਜਾਂ ਇੰਨੇ 100 ਕਰੋੜ ਦਿੱਤੇ ਆ ਜੀ। ਅੱਜ ਕੱਲ੍ਹ ਤਾਂ ਕਰੋੜਾਂ 'ਤੇ ਨਹੀਂ 100 ਕਰੋੜਾਂ 'ਤੇ ਚੱਲ ਗਿਆ ਨਾ ਕੰਮ। ਉਹ ਕਹਿੰਦੇ ਪਤਾ ਲੱਗਣਾ ਚਾਹੀਦਾ, ਅਤੇ ਫਿਰ ਵੀ ਪਤਾ ਨਹੀਂ ਲੱਗਦਾ ਅਤੇ ਪਬਲਿਕ ਧੋਖਾ ਮਹਿਸੂਸ ਕਰੂਗੀ, ਇਹ ਤੁਹਾਨੂੰ ਦੇਣਾ ਪੈਣਾ ਜੀ। ਪਰ ਸਾਹਿਬ ਇੱਕ ਗੱਲ ਸਮਝਾਓ ਕਿ ਆਹ ਜਿਹੜਾ ਅਯੁੱਧਿਆ ਵਾਲਾ ਮਸਲਾ ਉਹ ਚੱਲੀ ਜਾਂਦਾ, ਪਰ ਉਹਦੇ ਵਿੱਚ ਹੁਣ ਸੁਪਰੀਮ ਕੋਰਟ ਨੇ ਇੱਕ ਹੋਰ ਗੱਲ ਕਹੀ ਹੈ ਕਿ ਵੀ ਜਿਹੜਾ ਜਿਹੜੀ ਜ਼ਮੀਨ ਦਾ ਰੌਲਾ ਨਹੀਂ ਆ, ਇੱਕ ਤਾਂ ਹੋ ਗਿਆ ਜ਼ਮੀਨ ਦਾ ਰੌਲੇ ਵਾਲੀ ਜ਼ਮੀਨ, ਅਤੇ ਇੱਕ ਤਾਂ ਜਿਹਦਾ ਰੌਲਾ ਨਹੀਂ ਆ, ਉੱਥੇ ਵੀ ਪਾਠ ਪੂਜਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ, ਇਹਦੀ ਕੀ ਲੋੜ ਪੈ ਗਈ? ਦੇਖੋ ਉੱਥੋਂ ਅਯੁੱਧਿਆ ਦੇ ਵਿੱਚੋਂ ਇੱਕ ਮਿਸਟਰ ਮਿਸ਼ਰਾ ਜੀ, ਉਹਨੇ ਹਾਈਕੋਰਟ ਜਾ ਕੇ ਅਰਜ਼ੀ ਦੇ ਦਿੱਤੀ ਕਿ ਅਯੁੱਧਿਆ 'ਚ ਕੁਛ ਥਾਵਾਂ ਜਿਹਨੂੰ ਝਗੜੇ ਵਾਲੀ ਗਿਣਦੇ ਆ ਜੀ, ਜਿੱਥੇ ਬਾਬਰੀ ਮਸਜਿਦ ਹੁੰਦੀ ਸੀ, ਉਹ ਜਦੋਂ ਤੋਂ ਬਣੀ 200 ਸਾਲ ਹੋ ਗਏ ਝਗੜਾ ਚੱਲੀ ਜਾਂਦਾ, ਚੱਲੀ ਜਾਣ ਦਿਓ। ਇਲਾਹਾਬਾਦ ਹਾਈਕੋਰਟ ਨੇ ਫੈਸਲਾ ਦੇ ਦਿੱਤਾ ਕਿ ਉਹ ਜ਼ਮੀਨ ਤਿੰਨੀ ਥਾਈਂ ਵੰਡਤੀ ਜਾਵੇ ਜੀ, ਤਿੰਨੇ ਤਰ੍ਹਾਂ ਸੁਪਰੀਮ ਕੋਰਟ ਚਲੀਆਂ ਗਈਆਂ। ਉਹਨੇ ਆਖਿਆ ਜੀ ਸਾਡਾ ਹੱਕ ਵੱਧ ਬਣਦਾ, ਉਹਨੇ ਆਖਿਆ ਸਾਡਾ ਅਤੇ ਤੀਜੇ ਨੇ ਆਖਿਆ ਸਾਡਾ ਬਣਦਾ ਜੀ, ਉਹ ਮੁਕੱਦਮਾ ਸੁਪਰੀਮ ਕੋਰਟ ਚੱਲਦਾ ਰਹਿਣ ਦਿਓ। ਉਹਦੇ ਨਾਲ ਕੁਝ ਜ਼ਮੀਨ ਹੋਰ ਅਕਵਾਇਰ ਕੀਤੀ ਗਈ ਸੀ, ਅਕਵਾਇਰ ਕਰਨ ਲੱਗਿਆਂ ਇੱਕ ਭਾਵਨਾ ਇਹ ਸੀ ਕਿ ਅਸਲੀ ਬਾਬਰੀ ਮਸਜਿਦ ਵਾਲਾ ਸਟਰਕਚਰ ਵਾਲਾ ਥਾਂ ਇੱਕ ਸਾਈਡ ਛੱਡ ਕੇ ਜੀ, ਕੱਲ੍ਹ ਨੂੰ ਭਾਵੇਂ ਉੱਥੇ ਪਾਰਕਿੰਗ ਬਣ ਜਾਵੇ, ਭਾਵੇਂ ਵਿੱਚੋਂ ਸਾਂਝਾ ਥਾਂ ਬਣ ਜਾਵੇ, ਕੁਛ ਬਣ ਜਾਵੇ, ਅਤੇ ਉਹਦੇ ਲਾਗੇ ਲੱਗਦੀ ਥਾਂ ਦੇ ਉੱਤੇ ਅਕਵਾਇਰ ਕਰਕੇ ਜੇ ਮੰਦਰ ਬਣਦਾ ਤਾਂ ਬਣ ਜਾਵੇ ਜੀ। ਮਨ 'ਚ ਸੋਚਿਆ ਸੀ, ਉਹ ਬਣਿਆ ਨਹੀਂ। ਹੁਣ ਉਹ ਜਿਹੜੀ ਥਾਂ ਅਕਵਾਇਰ ਕੀਤੀ ਗਈ, ਇਹ ਮਿਸਟਰ ਮਿਸ਼ਰਾ ਨੇ ਜਾ ਕੇ ਅਰਜ਼ੀ ਦਿੱਤੀ ਕਿ ਉਹਦੇ ਵਿੱਚ ਕੁਛ ਪ੍ਰਾਚੀਨ ਮੰਦਰ ਨੇ, ਅਤੇ ਇਹੋ ਜਿਹੇ ਮੰਦਰ ਹੈ ਜਿਨ੍ਹਾਂ ਦਾ ਕੋਈ ਵਾਦ ਵਿਵਾਦ ਹੀ ਨਹੀਂ, ਨਾ ਕਦੇ ਮੁਸਲਮਾਨਾਂ ਨੇ ਕਿਸੇ ਨੂੰ ਰੋਕਿਆ ਉੱਥੇ ਜੀ, ਅਤੇ ਨਾ ਸਾਡਾ ਆਪਸ ਵਿੱਚ ਕੋਈ ਮਤਭੇਦ ਹੈ। ਅਤੇ ਮੁਸਲਮਾਨਾਂ ਦੇ ਕਈ ਸੰਗਠਨ ਹੈ, ਕਈ ਜਥੇਬੰਦੀਆਂ ਜਿਨ੍ਹਾਂ ਨੂੰ ਅਸੀਂ ਜਾ ਕੇ ਮਿਲੇ ਹਾਂ, ਅਤੇ ਉਹਨਾਂ ਨੇ ਆਖਿਆ ਜੀ ਜਿਹੜੀ ਥਾਂ ਦਾ ਝਗੜਾ ਹੀ ਕੋਈ ਨਹੀਂ ਜੀ, ਉੱਦਾਂ ਹੀ ਅਕਵਾਇਰ ਕੀਤੀ ਹੈ ਪਰ ਝਗੜੇ ਵਾਲੀ ਨਹੀਂ, ਤੁਸੀਂ ਉੱਥੇ ਜਾ ਕੇ ਆਪਣਾ ਪੂਜਾ ਪਾਠ ਕਰਨਾ ਚਾਹੁੰਦੇ, ਤੁਹਾਨੂੰ ਕੌਣ ਰੋਕਦਾ? ਅਸੀਂ ਬਿਲਕੁਲ ਨਹੀਂ ਰੁਕਾਂਗੇ। ਉਹ ਕਹਿੰਦੇ ਸਾਨੂੰ ਉਹਦੀ ਪਰਮਿਸ਼ਨ ਦੇ ਦਿਓ। ਹਾਈ ਕੋਰਟ ਨੇ ਉਹ ਅਰਜ਼ੀ ਰੱਦ ਕਰ ਦਿੱਤੀ, ਇੱਕ ਤਾਂ ਆਖਿਆ ਕਿ ਇਹੋ ਜਿਹੇ ਮਾਹੌਲ 'ਚ ਪਰਮਿਸ਼ਨ ਨਹੀਂ ਦਿੱਤੀ ਜਾ ਸਕਦੀ ਜੀ, ਦੂਜੀ ਗੱਲ ਹਾਈ ਕੋਰਟ ਨੇ ਕੀਤੀ ਕਿ ਲੱਖਾਂ ਦੇ ਹਿਸਾਬ ਨਾਲ ਕਾਫੀ ਮੋਟਾ ਜੁਰਮਾਨਾ ਪਾ ਦਿੱਤਾ ਕਿ ਇਹੋ ਜਿਹੇ ਮੁੱਦੇ ਮੁੜ ਮੁੜ ਕੇ ਤੁਸੀਂ ਚੁੱਕਦੇ ਤਾਂ ਕਿ ਵਿਵਾਦ ਵੱਧਦਾ ਰਹੇ ਜੀ। ਉਹ ਕਹਿੰਦੇ ਨਹੀਂ ਜੀ, ਅਸੀਂ ਤਾਂ ਉਹ ਥਾਂ ਦੀ ਗੱਲ ਕਰਦੇ ਹਾਂ ਜਿਹਦਾ ਵਿਵਾਦ ਕੋਈ ਨਹੀਂ, ਪਰ ਅਕਵਾਇਰ ਕੀਤੀ ਹੈ ਜੀ। ਹਾਈ ਕੋਰਟ ਨੇ ਆਖਿਆ ਜਦੋਂ ਅਕਵਾਇਰ ਕੀਤੀ ਗਈ ਆਹ ਵਿਵਾਦ ਕਿੱਦਾਂ ਨਹੀਂ ਰਹਿ ਗਿਆ, ਜਦੋਂ ਅਕਵਾਇਰ ਕੀਤੀ ਥਾਂ 'ਤੇ ਤੁਹਾਨੂੰ ਜਾਣ, ਤਾਂ ਫਿਰ ਦੂਜੇ ਕਹਿਣਗੇ ਜੀ ਸਾਡਾ ਵੀ ਉੱਥੇ ਕੁਛ ਹੈਗਾ, ਸਾਨੂੰ ਵੀ ਜਾਣ ਦਿਓ ਜੀ, ਨਹੀਂ ਵਿਵਾਦ ਹੋ ਗਿਆ ਤਾਂ ਪੈ ਜਾਵੇਗਾ। ਜਦੋਂ ਹਾਈ ਕੋਰਟ ਨੇ ਨਾ ਮੰਨੀ ਤਾਂ ਉਲਟਾ ਜੁਰਮਾਨਾ ਪਾ ਦਿੱਤਾ, ਅਤੇ ਉਹ ਸੁਪਰੀਮ ਕੋਰਟ ਚਲੇ ਗਏ ਜੀ। ਸੁਪਰੀਮ ਕੋਰਟ ਜਾ ਕੇ ਉਹਨਾਂ ਨੇ ਇਹੋ ਸਾਰਾ ਕੇਸ ਪੇਸ਼ ਕੀਤਾ ਕਿ ਉਸ ਅਕਵਾਇਰ ਕੀਤੀ ਹੋਈ ਥਾਂ ਦੇ ਵਿੱਚ ਜਿਹੜੇ ਮੰਦਰਾਂ ਦਾ ਜਾਂ ਹੋਰ ਥਾਵਾਂ ਦਾ ਕੋਈ ਝਗੜਾ ਨਹੀਂ, ਸਿਰਫ ਅਕਵਾਇਰ ਕੀਤੀ ਹੈ, ਸਾਨੂੰ ਉੱਥੇ ਪੂਜਾ ਪਾਠ ਦੀ ਖੁੱਲ੍ਹ ਹੋਣੀ ਚਾਹੀਦੀ ਜੀ। ਸੁਪਰੀਮ ਕੋਰਟ ਨੇ ਸਮਝਾਇਆ ਕਿ ਤੁਸੀਂ ਇਸ ਗੱਲ ਨੂੰ ਸਮਝੋ ਕਿ ਅਸੀਂ ਅਯੁੱਧਿਆ ਦਾ ਮਸਲਾ ਹੱਲ ਕਰਨ ਵਾਸਤੇ 3 ਬੰਦਿਆਂ ਦੀ ਕਮੇਟੀ ਬਣਾਈ ਹੈ ਅਤੇ ਉਹ ਕੰਮ ਕਰਦੀ ਪਈ ਹੈ ਜੀ। ਜਦੋਂ ਕਮੇਟੀ ਕੰਮ ਕਰਦੀ ਪਈ ਹੈ, ਐਨ ਉਸ ਮੌਕੇ ਦੇ ਉੱਤੇ ਆ ਕੇ ਤੁਹਾਨੂੰ ਅਸੀਂ ਇਹ ਪਰਮਿਸ਼ਨ ਦੇ ਦਿੱਤੀ ਕਿ ਤੁਸੀਂ ਉੱਥੇ ਜਾ ਕੇ ਅਤੇ ਆਪਣਾ ਪੂਜਾ ਪਾਠ ਕਰ ਲਓ, ਇਹਦੇ ਨਾਲ ਉਹਦੇ ਵਾਲਾ ਕੰਮ ਜਿਹੜਾ ਉਹ ਡੀਲ ਹੋ ਜਾਏਗਾ, ਲੀਹ ਤੋਂ ਲੱਥ ਜਾਏਗਾ, ਤੁਸੀਂ ਸਾਡੇ ਤੋਂ ਇਹ ਕੰਮ ਨਾ ਕਰੋ। ਜੋ ਜ਼ਿਆਦਾ ਨਾ ਜ਼ੋਰ ਦਿੱਤਾ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਅਤੇ ਹੋਰ ਜੱਜ ਸਾਹਿਬਾਨ ਪੈ ਗਏ ਕਿ ਤੁਸੀਂ ਕਿਸੇ ਨੂੰ ਸੁੱਖ ਨਾਲ ਰਹਿਣ ਨਹੀਂ ਦੇਣਾ ਜੀ, ਤੁਸੀਂ ਉੱਥੇ ਜਾਓਗੇ ਫਿਰ ਦੂਸਰੀ ਧਿਰ ਨੂੰ ਵੀ ਕੌੜ ਚੜੂਗੀ। ਇਸ ਵੇਲੇ ਮੁੱਦਾ ਠੰਡਾ ਪਿਆ, ਅਸੀਂ ਚਾਹੁੰਦੇ ਹਾਂ ਕਿ ਵਿਚੋਲਗਰੀ ਨਾਲ ਨਿਬੜ ਜਾਵੇ ਜੀ, ਤੁਸੀਂ ਨਿਬੜ ਨਹੀਂ ਦੇ ਰਹੇ, ਇੱਦਾਂ ਲੱਗਦਾ ਜਿਵੇਂ ਤੁਸੀਂ ਸ਼ਾਂਤੀ ਨਾਲ ਰਹਿਣ ਨਹੀਂ ਦੇਣਾ। ਬੜੀ ਸਖਤੀ ਦੇ ਨਾਲ ਸੁਪਰੀਮ ਕੋਰਟ ਨੇ ਰੋਕਿਆ, ਉਹਨਾਂ ਦੀ ਅਪੀਲ ਰੱਦ ਕੀਤੀ ਹੈ। ਉਹਨਾਂ ਆਖਿਆ ਜੀ ਸਾਡਾ ਜੁਰਮਾਨਾ ਤਾਂ ਮਾਫ਼ ਕਰ ਦਿਓ, ਕਹਿੰਦੇ ਇਹ ਵੀ ਨਹੀਂ ਕਰਨਾ, ਹਾਈਕੋਰਟ ਨੇ ਠੀਕ ਤੁਹਾਨੂੰ ਜੁਰਮਾਨਾ ਕੀਤਾ, ਮੇਰਾ ਖਿਆਲ ਇਹ ਤੋਂ ਬਾਕੀਆਂ ਨੂੰ ਸਬਕ ਸਿੱਖ ਲੈਣਾ ਚਾਹੀਦਾ। ਵੈਸੇ ਮਨੂ ਸਾਹਿਬ ਇੱਦਾਂ ਜਿਹੜੇ ਬੰਦੇ ਉਹਨਾਂ ਨੂੰ ਕੋਈ ਲੂਣ ਤੇਲ ਦਾ ਫਿਕਰ ਨਹੀਂ ਹੁੰਦਾ, ਘਰੇ ਵੀ ਕੋਈ ਨਿਆਣੇ ਪਾਲਣੇ ਆ, ਇਹੋ ਜਿਹਾ ਝੋਲਾ ਚੱਕ ਕੇ ਕੋਟਾਂ 'ਚ ਤੁਰੇ ਫਿਰਨਾ ਕੋਈ ਵਧੀਆ ਗੱਲ ਤਾਂ ਨਹੀਂ? ਨਹੀਂ, ਇੱਦਾਂ ਦੇ ਬੰਦੇ ਜਿਹੜੇ ਆ ਇਹਨਾਂ ਦਾ ਲੂਣ ਤੇਲ ਹੀ ਇਹ 'ਚੋਂ ਚੱਲਦਾ। ਅੱਛਾ, ਜੇ ਉੱਥੇ 4 ਜਥੇਬੰਦੀਆਂ ਇਕੱਠੀਆਂ ਕਰਕੇ ਕਹਿਣ ਕਿ ਮੈਂ ਤਾਂ ਜੀ ਮੰਦਰ ਵਿੱਚ ਪੂਜਾ ਦੇ ਹੱਕ ਵਾਸਤੇ ਲੜਾਈ ਲੜਦਾ ਪਿਆ ਜੀ, ਕੋਈ ਆਖੇ ਮੈਂ ਮਸਜਿਦ ਬਚਾਉਣ ਲਈ ਲੜਾਈ ਲੜਦਾ ਪਿਆ, ਜਦੋਂ ਇਹੋ ਜਿਹਾ ਕੰਮ ਉਹ ਕਰਦੇ ਲੋਕਾਂ ਨੂੰ ਇੰਨੇ ਜਜ਼ਬਾਤੀ ਕਰ ਦਿੰਦੇ ਆ ਕਿ ਕੁਝ ਲੋਕ ਪੈਸੇ ਸੁੱਟਦੇ, ਕੁਝ ਬੀਬੀਆਂ ਕੰਨਾਂ ਤੋਂ ਲਾਹ ਲਾ ਕੇ ਵਾਲੀਆਂ ਵੀ ਸੁੱਟਣਾ ਪੈਂਦੀਆਂ, ਆਹ ਲੈ ਸਾਰਾ ਕੁਝ ਦਿੱਤਾ ਅਸੀਂ, ਸਭ ਕੁਝ ਵਾਰ ਨੂੰ ਤਿਆਰਾਂ ਤੋਂ ਲੱਗਾ ਰਹੇ, ਉਹ ਇਹਨਾਂ ਲੂਣ ਤੇਲ ਤੋਂ ਪਰੇ ਹੁੰਦੇ ਆ ਬੰਦੇ। ਅੱਛਾ, ਇੱਕ ਗੱਲ ਪਨ ਸਾਹਿਬ ਅਗਲੀ ਪੁੱਛਣੀ ਚਾਹੁੰਦਾ ਕਿ ਹੁਣ ਪ੍ਰਾਈਵੇਟ ਸੈਕਟਰ ਦੇ ਜਿਹੜੇ ਬੜੇ ਕਾਬਲ ਲੋਕ ਨੇ ਜੀ, ਕੋਈ 9 ਦੇ ਕਰੀਬ ਦੱਸੇ ਜਾਂਦੇ ਆ, ਅਤੇ ਉਹਨਾਂ ਨੂੰ ਹੁਣ ਸਰਕਾਰ ਨੇ
ਜਿਹੜੇ ਸਰਕਾਰੀ ਮਹਿਕਮੇ ਕੇਂਦਰ ਦੇ ਉਹਨਾਂ ਦੇ ਵਿੱਚ ਉੱਚੀਆਂ ਪੋਸਟਾਂ ਦਿੱਤੀਆਂ, ਇਹ ਕੀ ਕਹਾਣੀ? ਇਹ ਜਿੰਨੇ ਕੁ ਕਾਬਲ ਦੱਸੇ ਜਾਂਦੇ ਆ ਜੀ, ਇਹਨਾਂ 'ਚੋਂ ਕੋਈ ਇੱਕਾ ਦੁੱਕਾ ਨੂੰ ਛੱਡ ਕੇ ਬਾਕੀ ਸਾਰੇ ਉਹ ਆ ਜਿਨ੍ਹਾਂ ਨੇ ਜਵਾਨੀ ਵੇਲੇ ਪੇਪਰ ਦਿੱਤੇ ਸਨ ਸਿਵਲ ਸਰਵਿਸਿਸ ਦੇ ਵਿੱਚ ਜੀ, ਇਹ ਸਿਲੈਕਟ ਨਹੀਂ ਹੋ ਸਕੇ। ਡਿਪਟੀ ਕਮਿਸ਼ਨਰ ਬਣਨਾ ਇੱਕ ਪਾਸੇ ਰਿਹਾ, ਫੋਰਨ ਸਰਵਿਸ ਵਿੱਚ ਆਉਣਾ ਇੱਕ ਪਾਸੇ ਰਿਹਾ ਜੀ, ਇਹ ਰੈਵਨਿਊ ਦਾ ਇਨਕਮ ਟੈਕਸ ਦਾ ਮਹਿਕਮਾ ਨਾ ਉਹਦੇ 'ਚ ਵੀ ਨਹੀਂ ਆ ਸਕੇ, ਕਿਸੇ ਪਾਸੇ ਵਾਸਤੇ ਨਾ ਲੱਗੇ ਅਤੇ ਫਿਰ ਪ੍ਰਾਈਵੇਟ ਕੰਪਨੀਆਂ 'ਚ ਨੌਕਰੀਆਂ ਕਰਨ ਚਲੇ ਗਏ ਜੀ। ਦਿਮਾਗ ਤਾਂ ਉਹਨਾਂ ਕੋਲ ਹੈਗਾ। ਹੁਣ ਬਹੁਤਾ ਕਰਕੇ ਹੁੰਦਾ ਕਿ ਜਿਹੜੇ ਅਫਸਰ ਬਣ ਜਾਂਦੇ ਆ ਉਹ ਸਮਝਦੇ ਸਰਕਾਰ ਤਾਂ ਆਪਣੇ ਆਪ ਚਲੀ ਜਾਂਦੀ, ਉਹਨੂੰ ਦਿਮਾਗ ਵਰਤਣ ਦੀ ਕੀ ਲੋੜ ਹੈ? ਸਾਰੇ ਨਹੀਂ ਪਰ ਉਹਨਾਂ 'ਚ ਕਾਫੀ ਸਾਰੇ ਇਹੋ ਜਿਹੇ ਹੁੰਦੇ ਆ, ਉੱਥੇ ਜਾ ਕੇ ਕੰਮ ਕਰਨਾ ਬੰਦ ਕਰ ਦਿੰਦੇ ਜੀ। ਇਹ ਜਿਹੜੇ ਪ੍ਰਾਈਵੇਟ ਸੈਕਟਰ 'ਚ ਆ ਇਹਨਾਂ ਨੂੰ ਕਈਆਂ ਗੱਲਾਂ ਵਾਸਤੇ ਦਿਮਾਗ ਲੜਾਉਣਾ ਪੈਂਦਾ। ਸਭ ਤੋਂ ਵੱਧ ਇਸ ਗੱਲ ਵਾਸਤੇ ਕਿ ਸਾਡੀ ਕਾਰਪੋਰੇਸ਼ਨ ਦੇ ਮਾਲਕਾਂ ਨੂੰ ਦੱਸਣਾ ਚਾਹੀਦਾ ਕਿ ਬੰਦਾ ਕੰਮ ਕਰਦਾ ਪਿਆ ਜੀ, ਉਹਨਾਂ ਨੇ ਦੱਸਣਾ ਚਾਹੀਦਾ ਕਿ ਇਹਨੂੰ ਇੰਨੇ ਪੈਸੇ ਦਿੰਦੇ ਹਾਂ ਅਤੇ ਇਹਦੇ ਤੋਂ ਇੰਨੇ ਵੱਧ ਕਰਕੇ ਸਾਡੀ ਕਾਰਪੋਰੇਸ਼ਨ ਦਾ ਫਾਇਦਾ ਕਰਦਾ, ਇਹ ਸਾਰਾ ਕੁਝ ਦੱਸਣਾ ਚਾਹੀਦਾ ਜੀ। ਤੀਸਰੀ ਗੱਲ ਇਹ ਕਿ ਉੱਥੇ ਜਾ ਕੇ ਮਾਲਕਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਕਹਿਣ 'ਤੇ ਅੱਡ ਅੱਡ ਸਰਕਾਰੀ ਮਹਿਕਮਿਆਂ ਅਤੇ ਮਹਿਕਮਿਆਂ ਦੇ ਅਫਸਰਾਂ ਨਾਲ ਉਹ ਤਾਲਮੇਲ ਕਰਦੇ ਆ ਕਿ ਫਲਾਣਾ ਪਰਮਿਟ ਫਸਿਆ ਜੀ, ਤੁਸੀਂ ਸਾਡਾ ਪਰਮਿਟ ਕਢਾ ਦਿਓ ਜੀ, ਬਾਕੀ ਲਹਿਰਾਂ ਬਹਿਰਾਂ ਅਸੀਂ ਕਰ ਦਿਆਂਗੇ। ਇੰਨੇ ਕੁ ਉਹ ਕਹਿੰਦੇ ਥੋੜ੍ਹੇ ਅਤੇ ਹੋਰ ਦੇ ਦਿਆਂਗੇ, ਨਾਲ ਤੁਹਾਨੂੰ ਅਤੇ ਤੁਹਾਡੀ ਘਰਵਾਲੀ ਨੂੰ, ਦੋਵਾਂ ਨੂੰ ਅਸੀਂ ਲੰਡਨ ਦੀ ਇੱਕ ਟਿਕਟ ਦੇਣੀ ਹੈ, ਇੱਕ ਮਹੀਨਾ ਘੁੰਮ ਕੇ ਸਾਰਾ ਯੂਰਪ। ਇੱਦਾਂ ਬੰਦੇ ਖਰੀਦਣ ਦਾ ਕੰਮ ਵੀ ਇਹਨਾਂ ਤੋਂ ਕਰਾਉਂਦੇ ਆ ਜੀ। ਹੁਣ ਸਰਕਾਰ ਨੇ ਫੈਸਲਾ ਕੀਤਾ ਕਿ ਉਹਨਾਂ ਕਾਰਪੋਰੇਸ਼ਨਾਂ ਵਿਚਲੇ ਜਿਹੜੇ ਪ੍ਰਾਈਵੇਟ ਸੈਕਟਰ 'ਚ ਨੇ ਪਰ ਸਿਆਣੇ ਦਿਮਾਗ ਨੇ ਜੀ, ਉਹਨਾਂ ਨੂੰ ਲਿਆ ਕੇ ਸਰਕਾਰ ਦੇ ਮਹਿਕਮਿਆਂ 'ਚ ਪੋਸਟਾਂ ਦਿੱਤੀਆਂ ਜਾਣਗੀਆਂ। ਉਹਨਾਂ ਦੇ ਟੈਸਟ ਵਗੈਰਾ ਤਾਂ 2 ਸਾਲ ਪਹਿਲਾਂ ਲੈਣੇ ਸ਼ੁਰੂ ਕਰਤੇ ਸੀ ਜੀ, ਹੁਣ ਲੱਗੇ ਇਸ ਪਾਸੇ ਲਾਉਣ, ਹੋਵੇਗਾ ਕਿ ਅੱਗੇ ਕਿਸੇ ਸਟੀਲ ਇੰਡਸਟਰੀ ਦਾ ਕੋਈ ਜਨਰਲ ਮੈਨੇਜਰ ਜਾਂਦਾ ਸੀ, ਪਹਿਲਾਂ ਚਪੜਾਸੀ ਦੀ ਜੇਬ 'ਚ 2000 ਰੁਪਏ ਪਾਉਂਦਾ ਸੀ ਜੀ, ਫਿਰ ਜਾ ਕੇ PA ਸਾਹਿਬ ਨੂੰ ਕਹਿੰਦਾ ਸੀ ਰੁਪਈਆ 50,000 ਜੇਬ 'ਚ ਪਾ ਅਤੇ ਸਾਹਿਬ ਨਾਲ ਗੱਲ ਕਰਕੇ ਅਤੇ ਮੈਨੂੰ ਮਿਲਾ ਦੇ ਜੀ। ਜਦੋਂ ਸਾਹਿਬ ਕੋਲ ਜਾਂਦੇ ਸੀ ਤਾਂ ਉੱਥੇ ਵੱਡੇ ਗੱਫੇ ਦਾ ਸੌਦਾ ਮਾਰਨਾ ਪੈਂਦਾ ਸੀ ਜੀ, ਇੰਨੇ ਗੁੱਗੇ ਪੂਜਣ ਤੋਂ ਬਾਅਦ ਆਪਣਾ ਕੰਮ ਕਰਦੇ ਸੀ। ਹੁਣ ਜਦੋਂ ਕਾਰਪੋਰੇਸ਼ਨ ਦੇ ਨੁਮਾਇੰਦੇ ਆ, ਕਾਰਪੋਰੇਸ਼ਨ 'ਚ ਕੰਮ ਕਰਦੇ ਉਹਨਾਂ ਦੇ ਅਫਸਰ ਨੇ, ਉਹਨਾਂ ਨੇ ਇੱਕ ਟੈਸਟ ਦਵਾ ਕੇ ਅਤੇ ਮੋਦੀ ਸਰਕਾਰ ਦੇ ਰਾਹੀਂ ਅਫਸਰਾਂ ਨੂੰ ਉੱਥੇ ਫਿੱਟ ਕਰਤਾ ਜੀ। ਕੱਲ੍ਹ ਤੱਕ ਦਾ ਸਟੀਲ ਮਿਲ ਦਾ ਮੈਨੇਜਰ ਜਿਹੜਾ ਜਨਰਲ ਮੈਨੇਜਰ, ਉਹਨੂੰ ਜਾ ਕੇ ਜਦੋਂ ਸਟੀਲ ਇੰਡਸਟਰੀ 'ਚ ਸਰਕਾਰ ਦੇ ਦਫ਼ਤਰ ਵਿੱਚ ਉੱਥੇ ਜਨਰਲ ਮੈਨੇਜਰ ਬਣਾ ਕੇ ਬਿਠਾ ਦਿੱਤਾ ਜਾਊਗਾ ਅਤੇ ਉੱਥੇ ਤਾਂ ਉਹਨੂੰ ਵੀ ਪਤਾ ਮੈਂ 2.5 ਦਿਨਾਂ ਵਾਸਤੇ ਆਇਆ ਜੀ। ਇਹ ਉਹਨੂੰ ਪਤਾ ਕਿ ਔਖੇ ਸੌਖੇ ਦਿਨਾਂ 'ਚ ਕਿਹੜੀ ਕਾਰਪੋਰੇਸ਼ਨ ਜਿਨ੍ਹਾਂ ਨੇ ਮੈਨੂੰ ਜਨਰਲ ਮੈਨੇਜਰ ਲਾ ਛੱਡਿਆ ਸੀ। ਇਹ ਉੱਥੇ ਸਰਕਾਰੀ ਦਫ਼ਤਰਾਂ ਵਿੱਚ ਵੀ ਸਰਕਾਰ ਦਾ ਕੰਮ ਨਹੀਂ ਕਰਨਗੇ, ਉਹਨਾਂ ਦਾ ਕਰਨਗੇ ਜੀ, ਔਰ ਉਹਦਾ ਨਤੀਜਾ ਇਹ ਨਿਕਲੇਗਾ ਸਾਡਾ ਸਰਕਾਰ ਦਾ ਜਿਹੜਾ ਪਬਲਿਕ ਸੈਕਟਰ ਆ ਜਿਹਨੂੰ ਪਹਿਲਾਂ ਕਿਸੇ ਵਕਤ ਨਵਰਤਨ ਕਹਿੰਦੇ ਸੀ, ਉਹਦੇ ਨਵਰਤਨ ਵਾਲੇ 9-10 ਅਦਾਰੇ ਸੀ, ਉਹਨਾਂ 'ਚੋਂ 4-5 ਤਾਂ ਮੋਦੀ ਸਰਕਾਰ ਦੂਸਰੀ ਵਾਜਪੇਈ ਸਰਕਾਰ ਹੀ ਝਟਕਾ ਕਰਕੇ ਚਲੀ ਗਈ ਸੀ ਜੀ, ਬਾਕੀ ਇਸ ਵੇਲੇ ਦਾਅ 'ਤੇ ਲੱਗੇ ਆ। ਇਹ ਕਾਰਪੋਰੇਸ਼ਨਾਂ ਦੇ ਅਫਸਰ ਜਦੋਂ ਆ ਕੇ ਸਰਕਾਰੀ ਦਫ਼ਤਰਾਂ 'ਚ ਬਹਿਣਗੇ ਇਹ ਉਸ ਪੁਜੀਸ਼ਨ ਦੀ ਵੀ ਦੁਰਵਰਤੋਂ ਕਰਨਗੇ ਜੀ। ਆਖਰੀ ਸਵਾਲ ਮੈਂ ਪੁਰਾਣ ਸਾਹਿਬ ਪਾਕਿਸਤਾਨ ਨਾਲ ਸੰਬੰਧਿਤ ਪੁੱਛਣਾ ਚਾਹੁੰਦਾ, ਉਹਦੇ ਕੋਇਟਾ 'ਚ ਬੰਬ ਧਮਾਕਾ ਹੋਇਆ ਜੀ ਅਤੇ ਕਾਫੀ ਜਿਹੜੀਆਂ ਜਾਨਾਂ ਗਈਆਂ ਨੇ, ਇਹਨੂੰ ਕਿਵੇਂ ਦੇਖਦੇ ਹੋ ਜੀ? ਭਾਵੇਂ ਪਾਕਿਸਤਾਨ ਲੱਗ ਕਹਿੰਦਾ ਕਿ ਵੀ ਅਸੀਂ ਸਾਰਾ ਕੁਝ ਸਹੀ ਕਰਨਾ, ਪਰ ਉਹਦੇ ਅੰਦਰ ਖਾਤੇ ਵੀ ਅੱਗ ਬਲੀ ਜਾਂਦੀ ਹੈ ਜੀ। ਦੇਖੋ ਜਿਹੜਾ ਪਾਕਿਸਤਾਨ ਦੇ ਵਿੱਚ ਹਾਲਾਤ ਨੇ ਵਿਗੜੇ ਪਏ ਜੀ, ਇਹ ਪਾਕਿਸਤਾਨ ਸਾਰੀ ਦੁਨੀਆ ਜਦੋਂ ਕਹਿੰਦਾ ਅੱਤਵਾਦ ਦੇ ਸਵਾਲ 'ਤੇ ਕਿ ਮੈਂ ਤਾਂ ਆਪ ਉਹ ਤੋਂ ਪੀੜਤ ਹਾਂ, ਤਾਂ ਗਲਤ ਨਹੀਂ ਕਹਿੰਦਾ, ਕਹਿੰਦਾ ਉਹ ਬਿਲਕੁਲ ਠੀਕ ਹੈ ਜੀ। ਭਾਰਤ ਵਿੱਚ ਅੱਤਵਾਦ ਆ, ਅਫਗਾਨਿਸਤਾਨ 'ਚ ਅੱਤਵਾਦ ਆ, ਚੀਨ ਵਿੱਚ ਵੀ ਆ, ਇਰਾਨ ਵਿੱਚ ਵੀ, ਅਤੇ ਪਾਕਿਸਤਾਨ ਕਹਿੰਦਾ ਜੀ ਇਹਨਾਂ ਇਕੱਲਿਆਂ ਦੇ, ਅੱਤਵਾਦ ਤਾਂ ਮੇਰੇ ਦੇਸ਼ 'ਚ ਵੀ ਹੈ ਜੀ, ਰੋਜ਼ ਧਮਾਕੇ ਹੁੰਦੇ ਆ, ਗੋਲੀ ਚੱਲਦੀ, ਸਾਡੇ ਦੇ ਬੰਦੇ ਮਰਦੇ ਪਏ, ਗੱਲ ਉਹ ਠੀਕ ਕਹਿੰਦਾ। ਪਰ ਇਹਦੇ 'ਚ ਜਿਹੜੀ ਠੀਕ ਹੁੰਦੇ ਆ ਵੀ ਗਲਤ ਆ ਉਹ ਇਹ ਕਿ ਭਾਰਤ ਵਿੱਚ ਅੱਤਵਾਦ ਹੁੰਦਾ, ਅੱਤਵਾਦੀ ਕਿੱਥੋਂ ਆਉਂਦੇ? ਪਾਕਿਸਤਾਨ ਤੋਂ ਜੀ। ਅਫਗਾਨਿਸਤਾਨ 'ਚ ਅੱਤਵਾਦ ਹੁੰਦਾ, ਅੱਤਵਾਦੀ ਹਕਾਨੀ ਨੈਟਵਰਕ ਸਾਰੇ ਦਾ ਸਾਰਾ ਪਾਕਿਸਤਾਨ 'ਚੋਂ ਜਾਂਦਾ, ਹਮਲੇ ਕਰਕੇ ਅਮਰੀਕਾ 'ਤੇ ਵੀ, ਅਫਗਾਨਿਸਤਾਨ 'ਤੇ ਵੀ ਵਾਪਸ ਆ ਜਾਂਦਾ, ਬਾਕੀ ਦੇਸ਼ਾਂ 'ਤੇ ਵੀ ਹਮਲੇ ਪਾਕਿਸਤਾਨ 'ਚੋਂ ਜਾ ਕੇ ਹੁੰਦੇ ਆ। ਜਿਹੜਾ ਪਾਕਿਸਤਾਨ ਦੇ ਅੰਦਰ ਅੱਤਵਾਦ ਹੈ ਉਹਦੇ ਵਾਸਤੇ ਕੋਈ ਬੰਦਾ ਨਾ ਭਾਰਤ ਤੋਂ ਭੇਜਿਆ ਜਾਂਦਾ, ਨਾ ਅਫਗਾਨਿਸਤਾਨ ਤੋਂ, ਨਾ ਚੀਨ ਤੋਂ, ਨਾ ਇਰਾਨ ਤੋਂ, ਕੋਈ ਨਹੀਂ ਬਾਹਰੋਂ ਭੇਜਦਾ ਜੀ। ਉਹ ਇਹਨਾਂ ਦੇ ਆਪਣੇ ਆ, ਇਹਦਾ ਆਪ ਤਿਆਰ ਕੀਤੇ ਸੀ, ਉਹਨਾਂ ਨੂੰ ਤਿਆਰ ਕਰਕੇ ਕੁਝ ਨੂੰ ਭਾਰਤ ਭੇਜਣਾ ਸੀ, ਕੋਈ ਨੂੰ ਅਫਗਾਨਿਸਤਾਨ ਭੇਜਣਾ, ਚਲੋ ਪੁੱਤਰੋ ਮਾਰੋ ਅਤੇ ਜੇ ਮੌਕਾ ਆ ਗਿਆ ਤਾਂ ਮਰੋ ਜੀ, ਉਹ ਤਾਂ ਇਸ ਕੰਮ ਲਈ ਤਿਆਰ ਕੀਤੇ ਸਨ। ਹੁਣ ਉਹ ਜਿੱਦਾਂ ਜਿੰਨ ਕੱਢ ਲਓ ਬੋਤਲ 'ਚੋਂ ਅਤੇ ਉਹ ਕਹਿੰਦਾ ਜੀ ਕੰਮ ਦੱਸੋ, ਤੁਸੀਂ ਕਹਿੰਦੇ ਜੀ ਫਲਾਣਾ ਕੰਮ ਕਰਿਆ, ਉਹ ਆ ਕਹਿੰਦਾ ਜੀ ਹੁਣ ਹੋਰ ਕੰਮ ਦੱਸੋ, ਤੁਸੀਂ ਕੰਮ ਕਹਿੰਦੇ ਹੋਰ, ਤੁਸੀਂ ਕਹਿੰਦੇ, ਉਹ ਕਹਿੰਦਾ ਜੀ ਹੋਰ ਕੰਮ ਦੱਸੋ, ਤੁਸੀਂ ਕਹਿੰਦੇ ਯਾਰ ਕੰਮ ਤਾਂ ਮੁੱਕ ਗਿਆ ਜੀ। ਅਤੇ ਉਹ ਇੱਕ ਆਮ ਕਹਾਣੀ ਹੈ ਕਿ ਜਿੰਨ ਕਹਿੰਦਾ ਜੀ ਮੈਂ ਤਾਂ ਕੰਮ ਕਰਨ ਵਾਸਤੇ ਆਇਆ ਜੀ, ਜਾਂ ਤਾਂ ਤੁਸੀਂ ਮੇਰੇ ਵਾਸਤੇ ਕੰਮ ਲਗਾਤਾਰ ਕੱਢੀ ਚਲੋ, ਅਤੇ ਜੇ ਕੰਮ ਨਹੀਂ ਨਿਕਲਦਾ ਤਾਂ ਮੈਂ ਤਾਂ ਫਿਰ ਤੁਹਾਨੂੰ ਖਾਜੂੰਗਾ ਜੀ, ਮੈਂ ਤਾਂ ਰਹਿ ਨਹੀਂ ਸਕਦਾ। ਹੁਣ ਪਾਕਿਸਤਾਨ ਦੇ ਜਿਹੜਾ ਅੱਤਵਾਦ ਹੈ ਉਹਨਾਂ ਨੇ ਪੈਦਾ ਕੀਤਾ ਸੀ ਆਂਢ ਗੁਆਂਢ ਵਾਸਤੇ,
ਉਹਨੂੰ ਬਾਅਦ ਵਿੱਚ ਇਹਨਾਂ ਨੇ ਆਪੋ ਵਿੱਚ ਵੀ ਗੁੱਟਬੰਦੀ 'ਚ ਇੱਕ ਦੂਸਰੀ ਸਿਆਸੀ ਪਾਰਟੀ ਦੇ ਖਿਲਾਫ਼ ਫੌਜ ਦੇ ਅਫਸਰਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਖਿਲਾਫ਼ ਵਰਤਿਆ ਜੀ। ਇਹਨਾਂ ਦੇ ਕਾਬੂ ਤੋਂ ਬਾਹਰ ਹੋਇਆ ਪਿਆ ਉਹ ਜਿਨ ਬੇਨਜੀਰ ਭੁੱਟ ਦਾ ਕਤਲ ਵੀ ਅਤੇ ਉਹਦੇ ਰਾਹੀਂ ਕਰਾਇਆ ਗਿਆ ਸੀ, ਗਰਾਉਣ ਵਾਲਾ ਜਨਰਲ ਮੁਸ਼ਰਫ ਸੀ, ਇਹ ਉਹਨੂੰ ਵਰਤੇ ਰਹੇ। ਇਸ ਵੇਲੇ ਉਹਦਾ ਜਿਨ ਬੋਤਲ 'ਚੋਂ ਬਾਹਰ ਨਿਕਲਿਆ ਅਤੇ ਹੁਣ ਬੋਤਲ 'ਚ ਪੈਂਦਾ ਨਹੀਂ ਅਤੇ ਇਹਨਾਂ ਦੇ ਕਾਬੂ ਤੋਂ ਬਾਹਰ ਹੋਇਆ ਪਿਆ। ਉਹਨਾਂ ਨੇ ਇਸ ਹਫ਼ਤੇ ਕੋਇਟਾ ਦੇ ਸਬਜ਼ੀ ਮੰਡੀ 'ਚ ਬੰਬ ਧਮਾਕਾ ਕਰਤਾ, 20 ਤੋਂ ਵੱਧ ਲੋਕ ਮਾਰੇ ਗਏ ਜੀ। ਪਰ ਇਹ ਇੱਕ ਘਟਨਾ ਵਾ, ਇੱਦਾਂ ਦੀਆਂ ਘਟਨਾਵਾਂ ਲਗਾਤਾਰ ਉੱਥੇ ਹੁੰਦੀਆਂ ਨੇ, ਅਗਲੇ ਦਿਨ 'ਚ ਤੋਂ ਵੱਧ ਹੋ ਸਕਦੀਆਂ। ਜੇ ਮਨਾਵਾਂ ਉਹਨਾਂ ਦਾ ਜਿਹੜਾ ਆਰਮੀ ਪੁਲਿਸ ਦਾ ਟ੍ਰੇਨਿੰਗ ਸੈਂਟਰ ਆ, ਉਹ 'ਚ ਗੋਲੀ ਚਲਾ ਕੇ 100 ਬੰਦੇ ਮਾਰੇ ਜਾ ਸਕਦੇ ਆ। ਅੱਡ ਅੱਡ ਥਾਵਾਂ 'ਤੇ ਉਹਨਾਂ ਨੇ ਇਹੋ ਜਿਹੇ ਕੰਮ ਅੱਗੇ ਵੀ ਕੀਤੇ ਆ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਕਰਨੇ ਆ। ਖਾਸ ਤੌਰ 'ਤੇ ਇਸ ਕਰਕੇ ਵੀ ਕਰਨੇ ਆ ਕਿ ਇਸ ਵੇਲੇ ਜਿਹੜੀ ਸਰਕਾਰ ਉੱਥੇ ਆ ਉਹ ਬਹੁਤ ਕਮਜ਼ੋਰ ਸਰਕਾਰ ਹੈ ਜੀ। ਕਾਸੇ ਜੋਗਾ ਨੇ ਇਮਰਾਨ ਖਾਨ, ਉਹ ਫੌਜ ਵਾਲਿਆਂ ਦਾ ਸਲੂਟ ਵੱਜਦਾ ਅਤੇ ਉਹ ਉਹਨਾਂ ਨੂੰ ਵੱਧ ਜ਼ੋਰ ਨਾਲ ਸਲੂਟ ਮਾਰਦਾ ਸਿਰਫ ਇਸ ਕਰਕੇ ਕਿ ਫੌਜ ਦੇ ਕਮਾਂਡਰ ਨਾਰਾਜ਼ ਨਾ ਹੁੰਦੇ ਹੋਣ ਜੀ। ਜਿਹੜੇ ਹਾਲਾਤ ਉੱਥੇ ਬਣੇ ਉਹਨਾਂ 'ਚ ਕੋਇਟਾ 'ਚ ਬੰਬ ਧਮਾਕਾ ਹੋਇਆ, ਸਾਨੂੰ ਗੁਆਂਢੀ ਦੇਸ਼ ਹੋਣ ਕਰਕੇ ਕੋਇਟਾ ਵਿੱਚ ਜੋ ਕੁਛ ਹੋਇਆ ਉਹਦਾ ਦੁੱਖ ਹੈ, ਅਫਸੋਸ ਹੈ, ਇਹ ਨਹੀਂ ਹੋਣਾ ਚਾਹੀਦਾ। ਪਰ ਹੋਇਆ ਇਸ ਕਰਕੇ ਕਿ ਪਾਕਿਸਤਾਨ ਹੁਣ ਤੱਕ ਦੂਜੇ ਪਾਸੇ ਕਰਦਾ ਰਿਹਾ ਸੀ ਜੀ। ਉਹਨਾਂ ਸਭ ਤੋਂ ਸਮਾਂ ਕੱਢਿਆ, ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਅਤੇ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਤੁਸੀਂ ਪ੍ਰਾਈਮ ਏਸ਼ੀਆ ਟੀ ਵੀ ਨੂੰ ਪਿਆਰ ਮੁਹੱਬਤ ਕਰਦੇ ਰਹੋਗੇ। ਫਿਲਹਾਲ ਦਿਓ ਇਜਾਜ਼ਤ, ਗੁਰਪ੍ਰੀਤ ਸੰਧਾਂਵਾਲੀਆ ਨੂੰ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ, ਤੁਹਾਡੇ ਲਈ।